ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਲਈ ਲੈ ਕੇ ਆਏ ਜੀ। 5 ਬਾਈ ਤਾਜ਼ੀਆਂ ਸੂਈਆਂ, 1 ਗੱਭਣ। ਆਓ ਪੁੱਛ ਲੈਂਦੇ ਬਾਈ ਤੁਹਾਡੇ ਅੱਜ ਵਿੱਚ। ਬਾਈ ਜੀ ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ? ਵਧੀਆ, ਠੀਕ ਠਾਕ ਜੀ। ਬਾਈ ਨਾਮ ਤੇ ਐਡਰੈਸ ਬੋਲ ਦਿਓ। ਨਾਮ ਸੈਂਟੀ, ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ, ਤਹਿਸੀਲ ਲੌਂਗੋਵਾਲ। ਠੀਕ ਆ ਬਾਈ। ਨੇੜੇ ਪਿੰਡ? ਬਾਈ ਕਿਵੇਂ? ਨੇੜੇ ਪਿੰਡ ਜੀ, ਨੇੜੇ ਸੁਨਾਮ ਜੀ। ਠੀਕ ਆ, ਮੋਬਾਈਲ ਨੰਬਰ ਬੋਲ ਦਿਓ। 86-993-0-8-16। ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ, ਕਿਹੜਾ ਸੂਆ ਸੂਈ ਹੈ? ਦੂਜਾ ਸੂਆ ਜੀ। ਖੋਲ ਲਓ ਬਾਈ, ਮਾੜੀ ਤੋੜ ਦਿਓ। ਤੇ ਬੱਚਾ ਕੀ ਦੇਤਾ ਬਾਈ? ਬੱਚੀ ਆ ਜੀ। ਬੱਚੀ ਚੰਗੀ ਆ ਨਾ? ਹਾਂਜੀ। ਠੀਕ ਆ, ਕਿੰਨੇ ਕੁ ਬਾਉਲੇ ਤੇ ਬਾਈ ਹੁਣ? ਇਹ 9-10 ਕਿਲੋ ਹੋਊਗਾ ਜੀ। ਠੀਕ ਆ ਬਾਈ। ਹਾਂਜੀ, 9-10 ਲੀਟਰ ਦੁੱਧ ਦਾ ਜਿਹੜਾ ਜਾਂ ਬਾਉਲਾ ਬਾਈ ਕਹਿੰਦਾ ਇਸ ਟਾਈਮ ਤਿਆਰ ਆ। ਫੈਂਟ ਬਹੁਤ ਚੰਗੀ ਹੁੰਦੀ ਹੈ? ਫੈਂਟ ਬਹੁਤ ਹੀ ਮੱਝਾਂ ਨਾਲ ਚੰਗੀ ਹੁੰਦੀ, ਮੱਝਾਂ ਨਾਲ ਦੀ ਫੈਂਟ ਆਉਂਦੀ ਹੈ। ਗਰਮੀ ਆ ਜਿਹੜੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ। ਤੋਰਾ ਤਾਰਾ ਚੰਗਾ ਥਣ ਲੇਵਾ, ਚੰਗਾ ਗਾ ਬਾਈ। ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ ਆ ਬਾਈ। ਬਾਕੀ ਠੰਡੀ ਬਹੁਤ ਆ ਜੀ। ਠੰਡੀ ਪੂਰੀ ਆ ਬਾਈ? ਹਾਂਜੀ। ਚਵਾਈ ਚਵਾਈ ਕਿਵੇਂ ਆ? ਜਮਾ ਚਵਾਈ, ਇੱਕ ਨੰਬਰ। ਓਕੇ ਆ ਬਾਈ, ਠੀਕ ਆ। ਮੁੱਲ ਕੀ ਹੈ ਵੀਰੇ ਦਾ? ਮੁੱਲ ਦਾ 36,000 ਰੁਪਏ ਲੈਂਦੇ। ਮਾਨਤਾਨ ਹੋ ਜੀ? ਮਾਨਤਾਨ ਕਰ ਦਿੰਦੇ। ਠੀਕ ਆ, 36,000 ਰੁਪਇਆ ਮੁੱਲ ਆ ਬਾਈ। ਬਾਕੀ ਜਿਹੜਾ ਮੌਕੇ ਦੇ ਵਿੱਚ ਉਹ ਮਾਨਤਾਨ ਜ਼ਰੂਰ ਹੋ ਜੀ। ਚੰਗੀ ਆ ਬੈਡ, ਸੂਈ ਸਵਾਈ ਆ, ਬੱਚਾ ਮਗਰ ਬੱਚੀ ਆ। ਆਰਡਰ ਨੇੜ ਤੋਂ ਚੈੱਕ ਕਰਵਾਉਂਦੇ ਹਾਂ। ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਦੁੱਧ ਵੀ ਜਮਾ ਮੱਝ ਵਰਗਾ ਹੋਊਗਾ ਬਈ। ਗਰਮੀ ਬਿਲਕੁਲ ਨਹੀਂ ਮੰਨਦੀ, ਫੈਂਟ ਚੰਗੀ ਹੋ, ਠੰਡੀ ਬਹੁਤ ਲੈ, ਜਿਵੇਂ ਮਰਜ਼ੀ ਹੱਥ ਲਈ ਚਾਹ। ਚੱਕਰ ਨਹੀਂ। ਅੱਗੇ ਵੀਰੇ 2 ਨੰਬਰ ਖੋਲ ਲਓ ਬਾਈ ਨੂੰ। ਕਿਹੜਾ ਸੂਆ ਸੂਈ ਵੀ ਆ? ਇਹ ਪਲੂਣ ਸੂਈ ਆ ਜੀ। ਪਲੂਣ ਸੂਈ ਵੀ ਆ? ਹਾਂਜੀ। ਕਦੋਂ ਸੂਈ ਆ ਬਾਈ? ਇਹ ਕੱਲ ਪਈ ਸੂਈ ਆ ਜੀ। ਕੱਲ ਦੀ ਸੂਈ ਵੀ ਆ? ਬੱਚਾ ਕੀ ਆ ਮਗਰ? ਬੱਸਾ ਜੀ। ਬੱਚਾ ਬਾਈ? ਹਾਂਜੀ। ਤੇ ਕਿੰਨਾ ਬਾਹਲਾ ਬਾਈ ਹੁਣ ਥੱਲੇ? ਥੱਲੇ ਉਹ 7 ਕਿਲੋ ਜੀ। 7 ਕਿਲੋ ਬਾਈ? ਹਾਂਜੀ। ਫੇਸ ਚੰਗਾ, ਰੰਗ ਰੂਪ ਬਹੁਤ ਚੰਗਾ, ਲਾਲ ਕਲਰ ਆ, ਡਿਮਾਂਡ ਬਹੁਤ ਜ਼ਿਆਦਾ ਆ। ਗਰਮੀ ਇਹਨੇ ਵੀ ਨਹੀਂ ਬਿਲਕੁਲ ਬੁੰਨਣੀ। ਹੈਂਡ ਫੋਨ ਦਾ ਜਿਹੜੀ ਕਰਮ ਵਾਲੀ ਦੀ, ਇਹਦੀ ਵੀ ਚੰਗੀ ਉਹ ਥਣ ਲੇਵਾ ਵੀ ਕਮਾਲ ਆ। ਚਵਾਈ ਚੁਈ ਓਕੇ ਹੋ? ਹਾਂ ਚਵਾਈ, 1 ਨੰਬਰ ਜੀ। ਠੀਕ ਕਰ ਲੈ ਹਿੱਟਾਂ ਜੀ। ਤੇ ਕੀ ਮੁੱਲ ਆ ਭਰਾ ਇਹਦਾ ਫਿਰ? ਇਹਦਾ ਵੀ 36,000 ਲੈਣ ਦੇਣੀ। ਮਾਨਤਾਨ ਹੋ ਜੀ? ਹਾਂ ਮਾਨਤਾਨ। 36,000 ਰੁਪਇਆ ਮੁੱਲ ਆ ਬਾਈ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੀ। ਚੰਗੀ ਆ ਬੜ, ਰੰਗ ਰੂਪ ਚੰਗਾ, ਥਣ ਲੇਵਾ ਚੰਗਾ, ਗੁਲਾਬੀ ਥਣ, ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ। ਆਰਡਰ ਨੇੜ ਤੋਂ ਚੈੱਕ ਕਰਵਾਉਂਦੇ ਹਾਂ। ਬਹੁਤ ਸੋਹਣਾ ਆਰਡਰ ਕਰਮ ਵਾਲੀ ਦਾ, ਮੁੱਠੀ ਵਾਲਾ ਥਣ ਲੱਗਿਆ। ਦੁੱਧ ਬਾਦੂ 11-12 ਕਿਲੋ ਜੀ। ਠੀਕ ਆ ਬਾਈ। ਹਾਂਜੀ ਠੀਕ। ਅੱਗੇ ਭਰਾ 3 ਨੰਬਰ ਖੋਲ ਲਓ। ਕਿਹੜਾ ਸੂਆ ਸੂਈ ਆ ਬਾਈ? ਇਹ ਦੂਜਾ ਸੂਆ ਜੀ। ਕਦੋਂ ਸੂਈ ਆ ਬਾਈ? ਇਹਨੂੰ ਹੋ ਗਏ 7-8 ਸੂਈ ਹੋ ਗਏ ਇਹਨੂੰ ਜੀ। ਬੱਚਾ ਕੀ ਆ ਬਾਈ ਮਗਰ? ਬੱਸਾ ਜੀ। ਬੱਚਾ ਬਾਈ, ਕਿੰਨੇ ਦੁੱਧ ਤੇ ਚੱਲ ਰਹੀ ਆ ਹੁਣ? ਇਹ ਥਲੇ 10 ਕਿਲੋ ਜੀ। ਨੈਟ ਤਿਆਰ ਆ ਬਾਈ? ਜਮਾ ਨੈਟ ਤਿਆਰ ਚ, 3 ਟਾਈਮ ਤੋਂ ਹੋਇਆ। ਫੁੱਲ ਕੱਦ, ਫੇਸ ਬਿਊਟੀ ਕਮਾਲ ਦੀ, ਰੰਗ ਰੂਪ ਬਹੁਤ ਚੰਗਾ, ਦੁੱਧ 10 ਲੀਟਰ ਕੰਡੇ ਵਾਲਾ ਹਾਜ਼ਰ ਆ। ਭਾਂ ਦੀ ਬਾਈ ਕਹਿੰਦਾ 3 ਟਾਈਮ ਚੋ ਲਿਓ। ਥਣ ਬੜਾ ਕਮਾਲ ਦਾ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ ਆ ਬਾਈ। ਠੰਡੀ ਸੀਲ ਆ? ਹਾਂ ਠੰਡੀ ਬਹੁਤ। ਤੇ ਮੁੱਲ ਕੀ ਆ ਭਰਾ? ਮੁੱਲ ਇਹਦਾ ਵੀ ਉਹੀ ਆ ਜੀ, 36,000। 36,000 ਰੁਪਇਆ ਮਾਨਤਾਨ ਹੋ ਜੀ? ਮਾਨਤਾਨ ਵੱਜ ਜਾਂਦੇ। 36,000 ਰੁਪਇਆ ਮੁੱਲ ਆ ਬਾਈ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੀ। ਆਰਡਰ ਕਮਾਲ ਆ, ਥਣ ਬਹੁਤ ਚੰਗਾ, ਸੂਈ ਸਵਾਈ, ਬੱਚਾ ਮਗਰ ਬੱਚਾ, ਢਿੱਲਾਂ ਢੁੱਲਾਂ ਚੰਗੀਆਂ। ਚਵਾਈ 'ਚ ਹਜੇ ਟਾਈਮ ਪਿਆ, ਉਹਦੇ ਨਾਲ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ। ਅੱਗੇ ਵੀਰੇ 4 ਨੰਬਰ, ਕਿਹੜਾ ਸੂਆ ਸੂਈ ਆ? ਇਹ ਵੀ ਦੂਜਾ ਸੂਆ ਸੂਈ ਆ ਜੀ। ਕਦੋਂ ਸੂਈ ਆ ਬਾਈ? ਇਹਨੂੰ ਹੋ ਗਿਆ 1/2 ਘੰਟਾ ਸੂਈ ਨੂੰ ਜੀ। 1/2 ਘੰਟਾ। ਬੱਚਾ ਕੀ ਦੇਤਾ? ਬੱਸਾ ਜੀ। ਬੱਚਾ ਦੇਤਾ? ਹਾਂਜੀ। ਜੇਰ ਪੈਣੀ ਆ ਹਜੇ ਨਾ? ਜੇਰ ਬਸਾਂ ਪੈਣੀ ਆ ਜੀ। ਠੀਕ ਆ ਬਾਈ। ਇੱਕ ਮਿੰਟ ਖੋਲ ਦਿਓ ਬਾਈ, ਤੋੜ ਕੇ ਦਿਖਾ ਦਿਓ। ਆਰਡਰ ਕਮਾਲ ਦਾ, ਬੋਲਾ ਕੱਢਿਆ ਫਿਰ? ਇਹਦਾ ਬੋਲਾ ਕੱਢਿਆ 2 ਲੀਟਰ ਦਾ ਜੀ। ਠੀਕ ਆ। ਹਾਂਜੀ। ਕੱਲਾ ਕੱਲਾ ਥਣ ਬਾਈ, ਮੁੱਠੀ ਵਾਲਾ ਥਣ, ਚਾਰੇ ਥਣ ਛੜਮੇ ਪੂਰੇ ਗੈਪ ਤੇ। ਫੇਸ ਬਿਊਟੀ ਚੰਗੀ ਆ, ਰੰਗ ਰੂਪ ਚੰਗਾ, ਸੂਈ ਸਵਾਈ ਆ, ਜੇਰ ਬਸ ਪੈ ਜਾਣੀ ਆ ਬਾਈ। ਥੋੜਾ ਟਾਈਮ ਹੀ ਹੋਇਆ ਹਜੇ ਸੂਈ ਨੂੰ, ਬੱਚਾ ਮਗਰ ਬੱਚਾ ਗਾ ਬਾਈ। ਤੋਰਾ ਤਾਰਾ ਚੈੱਕ ਕਰ ਲਓ, ਕਿੰਨਾ ਦੁੱਧ ਦੇ ਦੂ? ਐਸਟੀਮੇਟ ਦੇ ਦੂ 17-18 ਕਿਲੋ ਜੀ। ਠੀਕ ਆ ਬਾਈ। ਹਾਂਜੀ। ਤੇ ਕੀ ਮੁੱਲ ਆ ਭਰਾ ਇਹਦਾ ਫਿਰ? ਮੁੱਲ ਇਹਦਾ 50,000 ਲੈਣ ਦੇਣ। ਮਾਨਤਾਨ ਹੋ ਜੀ? ਮਾਨਤਾਨ ਹਾਂ ਹੋ ਜੀ। 50,000 ਰੁਪਇਆ ਮੁੱਲ ਆ ਬਾਈ, ਮੌਕੇ ਤੇ ਜਿਹੜਾ ਮਾਨਤਾਨ ਜ਼ਰੂਰ ਹੋ ਜੀ।
ਟੋਰਾ ਤਾਰਾ ਚੰਗਾ ਆਰਡਰ ਕਮਾਲ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆਈ ਵਧੀਆ ਠੀਕ ਆ ਚੋਣ ਚਾਣ ਬਹੁਤ ਚੰਗਾ ਹੈ ਚੋਣ ਬਹੁਤ ਵਧੀਆ ਜੀ ਠੀਕ ਆ ਚੋਣ ਬਾਈ ਕਹਿੰਦਾ ਪੂਰਾ ਚੰਗਾ ਲੱਗਿਆ ਆਰਡਰ ਵੀ ਕਮਾਲ ਦਾ ਮੁੱਠੀ ਵਾਲਾ ਥਣ ਬੱਚਾ ਮੂਹਰੇ ਬੈਠਾ ਬੱਚਾ ਗਾ ਬੇ ਬੱਸਾ ਜੀ ਬਾਕੀ ਠੰਡੀ ਹੁੰਦੀ ਠੰਡੀ ਬਹੁਤ ਆ ਲੈ ਜਿਵੇਂ ਮਰਜ਼ੀ ਬੈਠਾ ਦਾ ਚਵਾਈ ਬਹੁਤ ਚੰਗੀ ਹੈ ਨਾ ਪਤਾ ਅੱਗੇ ਵੀਰੇ ਪੰਜ ਨੰਬਰ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਜੀ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ 12 ਦਿਨ ਦੀ ਦਾ 12 ਦਿਨ ਬੱਚਾ ਕੀ ਆ ਬਾਈ ਬੱਸਾ ਜੀ ਬੱਚਾ ਕਿੰਨਾ ਕੁ ਦੁੱਧ ਆ ਹੁਣ ਇਹ ਥਲੇ ਉਹ 8 ਕਿਲੋ ਜੀ ਨੈਟ ਤਿਆਰ ਆ ਬਾਈ ਹਾਂ ਤਿਆਰ ਖੋਲ ਲਓ ਬਾਈ ਤੋੜ ਕੇ ਦਿਖਾ ਦਿਓ ਜਰਸੀ ਆ ਬਾਈ ਚਮਕ ਚੰਗੀ ਆ ਤੇ ਦੁੱਧ ਆ ਜਿਹੜਾ 8 ਕਿ ਲੀਟਰ ਤਿਆਰ ਆ ਬਾਈ ਰੰਗ ਰੂਪ ਚੰਗਾ ਗਾ ਤੇ ਠੰਡੀ ਠੁੰਡੀ ਪੂਰੀ ਆ ਬਾਈ ਹਾਂ ਠੰਡੀ ਆ ਪੂਰੀ ਠੀਕ ਆ ਮੁੱਲ ਕੀ ਆ ਵੀਰੇ ਦਾ ਮੁੱਲ ਦਾ 27000 ਰੁਪਏ ਲੈਣ ਦੇਣ ਮਾਨਦਾਨ ਹੋ ਜੀ ਹਾਂ ਜੀ ਮਾਨਦਾਨ 27000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂਗਾ ਚੰਗੀ ਆ ਬੈਡ ਚਮਕ ਚਮਕ ਬਹੁਤ ਆ ਬਈ ਤੇ ਥਾਣ ਥੁਣ ਵੀ ਚੰਗਾ ਲੱਗਿਆ ਚਵਾਈ ਵੀ ਚੰਗੀ ਹੋਊ ਨਾ ਬਈ ਹਾਂ ਚਵਾਈ ਵਧੀਆ ਜੀ ਠੀਕ ਆ ਬਈ ਮੁੱਲ 27000 ਰੁਪਇਆ ਬਾਕੀ ਜਿਹੜਾ ਮੌਕੇ ਦੇ ਮਾਨਦਾਨ ਜ਼ਰੂਰ ਹੋ ਜੂਗਾ ਅੱਗੇ ਵੀਰੇ 6 ਨੰਬਰ ਕਿਹੜਾ ਸੂਆ ਸੁਣਦੀ ਆ ਇਹ ਵੀ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਹਫਤਾ ਜੀ ਹਫਤੇ ਦੀ ਕੱਚੀ ਆ ਕੀ ਰਿਕਾਰਡ ਆ ਦੁੱਧ ਦਾ ਬਾਈ ਇਹ ਕੱਢਿਆ 15-16 ਕਿਲੋ ਪਹਿਲਾਂ ਜੀ ਖੋਲ ਦੋ ਬਾਈ ਤੋੜ ਕੇ ਦਿਖਾ ਦੋ ਦੁੱਧ ਦਾ ਰਿਕਾਰਡ ਚੰਗਾ ਥਣ ਲੇਵਾ ਚੰਗਾ ਢਿੱਲਾਂ ਬਹੁਤ ਪਈਆਂ ਕੱਦ ਵੱਡ ਚੰਗਾ ਚਮਕ ਚਮਕ ਚੰਗੀ ਆ ਬੈਠਦੀ ਬਾਈ ਕੱਚੀ ਜ਼ਰੂਰ ਆ ਹਜੇ ਦਿਨ ਲੈਂਦੀ ਆ ਬਾਈ ਉਹਦੇ ਨੂੰ ਆਰਡਰ ਆ ਜਿਹੜਾ ਸੋਹਣਾ ਤਿਆਰ ਕਰ ਲੂ ਫੇਸ ਚੰਗਾ ਬੋਦੀ ਬਾਦੀ ਚੰਗੀ ਆ ਸਨੱਖ ਪੁਣਾ ਬੈਠ ਚ ਚੰਗਾ ਗਾ ਮੁੱਲ ਕੀ ਆ ਵੀਰੇ ਦਾ ਮੁੱਲ ਦਾ ਲੈਣ ਲੈਣਾ 57000 ਰੁਪਏ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਠੀਕ ਆ 57000 ਰੁਪਇਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਬੈਡ ਸਨੱਖੀ ਆ ਥਾਂ ਲੈਵਾ ਚੰਗਾ ਚਮਕ ਬਹੁਤ ਆ ਬਾਈ ਬੈਡ ਤੇ ਨਾਗ ਭਰਾ ਕੋਲੇ ਸੀਗੇ 6-5 ਤਾਜ਼ੀਆਂ ਸੂਈਆਂ ਇੱਕ ਗੱਭਣ ਆ ਬਾਈ ਤੇ ਇੱਕ ਬਾਈ ਕੋਲੇ ਡੌਗ ਬਕਾਊ ਆ ਕਿੰਨੀ ਕੁ ਉਮਰ ਹੈ ਇਹਦੀ ਇਹਦੀ ਹੈਗੇ 9 ਮਹੀਨੇ ਕਿੰਨੇ ਦੀ 9 ਮਹੀਨੇ ਦੀ 9 ਕੁ ਮਹੀਨੇ ਦੀ ਹੈ ਠੀਕ ਆ ਬਾਈ ਕਿਹੜੀ ਨਸਲ ਹੈ ਇਹ ਪਪੀਰੀਆਂ ਜੀ ਪਪੀਰੀਆਂ ਨਾ ਠੀਕ ਆ ਬਾਈ ਤੇ ਕੀ ਮੁੱਲ ਹੈ ਇਹਦਾ ਇਹਦਾ ਮੁੱਲ ਹੈਗਾ ਜੀ 4500 ਰੁਪਏ 4500 ਰੁਪਏ ਮਾਨ ਦਾ ਬਾਕੀ ਆਪਣੇ ਕੋਲ ਕਾਪੀ ਕੂਪੀ ਟੀਕੇ ਲੱਗੇ ਸਾਰੇ ਜੀ ਠੀਕ ਹੈ ਟੀਕਿਆਂ ਦੀ ਬਾਈ ਕੋਲੇ ਬੁੱਕ ਹੈਗੀ ਆ ਸਾਰੇ ਲੱਗੇ ਵੇ ਟੀਕਾ ਕਰਨ ਦਾ ਹੋਇਆ ਵਾ ਠੀਕ ਆ ਤੇ ਮੇਲ ਆ ਹਨਾ ਡੌਗ ਹਾਂਜੀ ਹਾਂਜੀ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ।